ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ DK Social Help ਵਿੱਚ ਜਿਸ ਦੇ ਵਿੱਚ ਅਸੀਂ ਸੈਂਟਰ ਸਰਕਾਰ ਦੀਆਂ ਤੇ ਸਟੇਟ ਸਰਕਾਰ ਦੀਆਂ ਜਿਹੜੀਆਂ ਵੀ ਕੋਈ ਨਈ ਨੀਤੀਆਂ ਹੁੰਦੀਆਂ ਨੇ ਸਕੀਮ ਨੂੰ ਲੈ ਕੇ ਯੋਜਨਾਵਾਂ ਨੂੰ ਲੈ ਕੇ ਤੁਹਾਡੇ ਤੱਕ ਪੇਸ਼ ਕਰਦੇ ਹਾਂ ਦੋਸਤੋ ਤੇ ਉਸੇ ਲੜੀ ਵਿੱਚ ਅੱਜ ਗੱਲ ਕਰਾਂਗੇ ਜਿਹੜੀ ਆਪਣੀ ਪੈਨਸ਼ਨ ਹੈ ਬੁਢਾਪਾ ਪੈਨਸ਼ਨ ਹੈ ਜਿਹੜੀ ਵਿਧਵਾ ਪੈਨਸ਼ਨ ਹੈ ਤੇ ਵਿਕਲੰਗ ਪੈਨਸ਼ਨ ਹੈ ਉਹਦੇ ਵਾਸਤੇ ਜਿਹੜੇ ਵਾਅਦੇ ਕੀਤੇ ਨੇ ਆਪ ਸਰਕਾਰ ਨੇ 2500 ਹੋ ਜਾਏਗੀ ਉਹਦੇ ਬਾਰੇ ਗੱਲ ਕਰਨਾ ਚਾਹਾਂਗੇ ਦੋਸਤੋ ਉਸ ਤੋਂ ਪਹਿਲਾਂ ਨਯਾ ਵੀਰਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਬੈਲ ਆਈਕਨ ਦੇ ਬਟਨ ਨੂੰ ਵੀ ਦਬਾ ਲੈਣ ਤਾਂ ਕਿ ਆਨ ਨਾਲੇ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਹਾਂਜੀ ਦੋਸਤੋ ਆਪਾਂ ਅੰਗਰੇਜ਼ ਦੱਸ ਰਹੇ ਤੁਹਾਨੂੰ ਕਿ ਹਰਿਆਣੇ ਵਾਂਗ ਜਿਹੜੀ ਆਪਣੀ ਪੈਨਸ਼ਨ ਹੈ 2500 ਉਹ ਨਹੀਂ ਵਧਣੀ ਚਾਹੀਦੀ ਹੈ। ਮਤਵੱਲ ਹਰਿਆਣੇ ਵਾਂਗ ਨਾ ਵਧੇ 2500 ਪੈਨਸ਼ਨ ਜਿਵੇਂ ਕਿ ਜਿਨ੍ਹਾਂ ਨੇ ਹਰਿਆਣੇ ਨੇ ਫਾਰਮੂਲਾ ਇਸਤੇਮਾਲ ਕੀਤਾ ਸੀ ਪੈਨਸ਼ਨ ਵਧਾਉਣ ਦਾ ਉਹ ਆਪਣੇ ਪੰਜਾਬ 'ਚ ਲਾਗੂ ਨਹੀਂ ਹੋਣਾ ਚਾਹੀਦਾ। ਉਹ ਕਿਵੇਂ ਜੀ ਸਮਝਾਣੇ ਆ ਜੀ ਤੁਹਾਨੂੰ ਸਾਰਾ ਕੁਝ ਹੁਣ ਜਦੋਂ 2014 ਵਿੱਚ ਵੋਟਾਂ ਪਈਆਂ ਸੀ ਤੇ ਉਸ ਟਾਈਮ ਸੈਂਟਰ ਸਰਕਾਰ ਬਾਜਪਾ ਬਣੀ ਸੀ ਉਸੇ ਦੌਰਾਨ ਹਰਿਆਣਾ ਵਿੱਚ ਵੀ ਬਾਜਪਾ ਸਰਕਾਰ ਬਣੀ ਸੀ ਉਸ ਟਾਈਮ ਉਹਨਾਂ ਨੇ ਵਾਅਦੇ ਕੀਤੇ ਸੀ ਜਿਹੜੀ ਤੁਹਾਡੀ 1000 ਰੁਪਏ ਪੈਨਸ਼ਨ ਆ ਇਹਨੂੰ 2000 ਰੁਪਏ ਪੈਨਸ਼ਨ ਕਰ ਦਿੱਤਾ ਜਾਵੇਗਾ ਲੋਕਾਂ ਨੇ ਬਹੁਤ ਅੱਛਾ ਰਿਸਪਾਂਸ ਦਿੱਤਾ ਤੇ ਇਹਨਾਂ ਨੂੰ ਬਹੁਮਤ ਨਾਲ ਜਿਤਾਇਆ ਜਿਵੇਂ ਆਪ ਪਾਰਟੀ ਨੂੰ ਜਿਤਾਇਆ ਸੀ ਪਰ ਜਦੋਂ 2014 ਵਿੱਚ ਜਿੱਤੀ ਤੇ 2014-15 ਵਿੱਚ ਇਹਨਾਂ ਨੇ 200 ਰੁਪਏ ਵਧਾਏ 1200 ਰੁਪਏ ਪੈਨਸ਼ਨ ਕਰਦੀ 15 16 ਚ ਵਿਧਾਏ 200 ਰੁਪਏ 1400 ਕਰਦੀ ਫਿਰ 2016 17 ਚ ਵਿਧਾਏ ਜੀ 200 ਰੁਪਏ 1600 ਹੋ ਗਈ ਉਸ ਤੋਂ ਬਾਅਦ 17 18 ਵਿੱਚ 200 ਫਿਰ ਵਿਧਾਏ ਜੀ 1800 ਹੋ ਗਈ ਫਿਰ 2018 ਚ ਤੇ 19 ਚ ਵਿਧਾਈ 200 2000 ਹੋ ਗਏ ਐਵੇਂ ਕਰਕੇ ਇਹਨਾਂ ਨੇ ਪੂਰੇ 5 ਸਾਲ ਲਾਤੇ 2000 ਰੁਪਏ ਵਧਾਉਣ ਤੇ ਠੀਕ ਹੈ ਦੋਸਤੋ ਤੇ ਇਸੇ ਕਰਕੇ ਅਸੀਂ ਇਹ ਚੋਣੇ ਆ ਕਿ ਜਿਹੜਾ ਹਰਿਆਣੇ ਵਾਲਾ ਪੈਨਸ਼ਨ ਵਧਾਉਣ ਵਾਲਾ ਫਾਰਮੂਲਾ ਹੈ ਉਹ ਪੰਜਾਬ ਵਿੱਚ ਲਾਗੂ ਨਾ ਕੀਤਾ ਜਾਵੇ ਠੀਕ ਹੈ ਕਿਉਂਕਿ 2500 ਪੈਨਸ਼ਨ ਦਾ ਵਾਅਦਾ ਕੀਤਾ ਸੀ ਤੇ ਡਾਇਰੈਕਟ 2500 ਰੁਪਏ ਪੈਨਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਦੋਸਤੋ ਤੇ ਉਮੀਦ ਹੈ ਕਿ ਤੁਹਾਨੂੰ ਇਹ ਨਿੱਕੀ ਜਿਹੀ ਜਾਣਕਾਰੀ ਸਮਝਾਈ ਹੋਏਗੀ ਕਿ ਮੈਂ ਕੀ ਕਹਿਣਾ ਚਾਹੁੰਦਾ ਆ ਕਿ ਆਪਣੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਵਾਅਦੇ ਕੀਤੇ ਸੀ ਉਵੇਂ ਉਹਨਾਂ 'ਚ ਬਿਨਾਂ ਕੋਈ ਕੰਡੀਸ਼ਨ ਰੱਖ ਕੇ ਡਾਇਰੈਕਟ ਪੂਰੇ ਕਰਨੇ ਚਾਹੀਦੇ ਹਨ ਕਿਉਂਕਿ ਜਦੋਂ ਵਾਅਦੇ ਕਰਦੇ ਨੇ ਉਦੋਂ ਕੋਈ ਕੰਡੀਸ਼ਨ ਨਹੀਂ ਦੱਸਦੇ ਤੇ ਬਾਅਦ 'ਚ ਕੋਈ ਕੰਡੀਸ਼ਨਾਂ ਲਗਾ ਦਿੰਦੇ ਨੇ ਵੀ ਇਹਦਾ ਐਵੇਂ ਵਧੇਗੀ ਜਾਂ ਫਿਰ ਜਿਵੇਂ ਬਿਜਲੀ ਤੇ ਲਾਤੇ ਜੀ ਜਰਨਲ ਜਿਹੜੇ ਜਰਨਲ ਵਾਲੇ ਆ ਉਹ ਇੱਕ ਵੀ ਯੂਨਿਟ ਫੂਕ ਲੈਣਗੇ ਵਾਅਦਾ ਤੇ ਉਹਨਾਂ ਨੂੰ ਸਾਰੀ ਬਿਜਲੀ ਦਾ ਬਿੱਲ ਦੇਣਾ ਪਏਗਾ ਇਸੇ ਤਰੀਕੇ ਨਾਲ ਕੋਈ ਕੰਡੀਸ਼ਨ ਨਾ ਲਾਉਣ ਤੇ ਡਾਇਰੈਕਟ 1500 ਤੋਂ 2500 ਰੁਪਏ ਪੈਨਸ਼ਨ ਕਰ ਦਿੱਤੀ ਜਾਵੇ ਧੰਨਵਾਦ ਦੋਸਤੋ ਜੈ ਹਿੰਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਕਿਉਂਕਿ ਉਹਦੇ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦਾ ਹੈ ਧੰਨਵਾਦ